ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਅੱਜ ਤੁਹਾਡਾ ਬਾਬਾ ਬੈਠ ਗਿਆ ਗੁਫਾ ਦੇ ਵਿੱਚ ਜਿੱਥੇ ਬੈਠਦੇ ਸਨ ਨਾਥਪੰਥੀ। ਇਹ ਉਹੀ ਜਗ੍ਹਾ ਹੈ ਜਿੱਥੇ ਬੈਠ ਕੇ ਗੋਰਖਨਾਥ, ਬਾਲਨਾਥ, ਮਛਿੰਦਨਾਥ ਔਰ ਸਿੱਧਨਾਥ ਬਾਲਕ ਇਹਨਾਂ ਸਭ ਨੇ ਇੱਥੇ ਬੈਠ ਕੇ ਤਪੱਸਿਆ ਕੀਤੀ ਹੈ ਇਸ ਜਗ੍ਹਾ ਦੇ ਉੱਤੇ। ਮੈਂ ਅੱਜ ਪਹੁੰਚਿਆ ਵਾਂ ਟਿੱਲਾ ਬਾਲ ਗੁੰਦਾਈ ਦੇ ਵਿੱਚ। ਟਿੱਲਾ ਬਾਲ ਗੁੰਦਾਈ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਇਹਦੇ ਉੱਤੇ ਆ ਕੇ ਬੈਠੇ ਸਨ, ਇੱਥੇ ਬੈਠਦੇ ਸਨ ਨਾਥਪੰਥੀ। ਸਾਰੇ ਨਾਥਪੰਥੀਆਂ ਨਾਲ ਗੱਲਬਾਤ ਕਰਨ ਵਾਸਤੇ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਸਨ ਇਸ ਟਿੱਲੇ ਦੇ ਉੱਤੇ ਆਏ ਸਨ, ਔਰ ਇੱਥੋਂ ਜਾ ਕੇ ਫਿਰ ਉਹਨਾਂ ਨੇ ਜਿਹੜਾ ਕ੍ਰਿਸ਼ਮਾ ਕੀਤਾ ਸੀ, ਜਿੱਥੋਂ ਚਸ਼ਮਾ ਨਿਕਲਿਆ ਜਿਹਨੂੰ ਅਮਰਕੁੰਡ ਦਾ ਨਾਮ ਦਿੱਤਾ ਗਿਆ, ਔਰ ਰੋਹਤਾਸ ਫੋਰਟ ਦੇ ਬਾਹਰ ਤਲਾਕੀ ਗੇਟ ਦੇ ਬਾਹਰ ਜਿਹੜਾ ਅੱਜ ਵੀ ਉਹ ਗੁਰਦੁਆਰਾ ਸਾਹਿਬ ਜਿਹੜਾ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ, ਔਰ ਅਮਰਕੰਡ ਵੀ ਮੌਜੂਦ ਹੈ। ਗੱਲ ਹੋ ਰਹੀ ਸੀ ਨਾਥਪੰਥੀਆਂ ਦੀ, ਕਿ ਨਾਥਪੰਥੀਆਂ ਦੇ ਮੁਤਲਕ ਅਗਰ ਗੱਲ ਕੀਤੀ ਜਾਏ ਕਿ ਨਾਥਪੰਥੀਆਂ ਦਾ ਅਗਰ ਐਂਸ਼ੰਟ ਸ਼ੁਰੂਆਤ ਜਿਹੜੀ ਹੈ ਉਹ ਐਸੇ ਜਗ੍ਹਾ ਤੋਂ ਹੈ ਜਿਸ ਇਸ ਜਗ੍ਹਾ ਦੇ ਵਿੱਚ ਮੈਂ ਵੜਿਆ ਹੋਇਆ, ਜਿਹਦੇ ਵਿੱਚ ਆਰਾਮ ਨਾਲ ਅੰਦਰ ਆਉਣਾ ਜਿਹੜਾ ਬਿਲਕੁਲ ਜਿਹੜਾ ਨਾ ਮੁਸ਼ਕਿਲ ਹੈ ਬਹੁਤ ਜ਼ਿਆਦਾ, ਔਰ ਇਹਦੇ ਅੰਦਰ ਬੰਦਾ ਸਿੱਧਾ ਹੋ ਕੇ ਬੈਠ ਵੀ ਨਹੀਂ ਸਕਦਾ। ਇਹ ਨਾਥਪੰਥੀ ਲੋਕ ਜਿਹੜੇ ਨੇ ਇੱਥੇ ਆ ਕੇ ਬੈਠਦੇ ਸੀ, ਔਰ ਇਹਦੇ ਕ੍ਰਾਸ ਵੈਂਟੀਲੇਸ਼ਨ ਦਾ ਬੜਾ ਪਿਆਰਾ ਤਰੀਕਾ ਹੈ ਕਿ ਵੀ ਇੱਥੋਂ ਅਗਰ ਤੁਸੀਂ ਦੇਖੋ ਥੋੜ੍ਹਾ ਜਿਹਾ ਜਾ ਕੇ ਕੋਈ ਘੱਟੋ ਘੱਟ 100 ਫੁੱਟ ਦੇ ਫਾਸਲੇ 'ਤੇ ਇਹ ਰਸਤਾ ਜਿਹੜਾ ਹੈ ਪਰਲੇ ਪਾਸੇ ਜਾ ਕੇ ਨਿਕਲਦਾ ਹੈ, ਉਸ ਜਿਹੜੀ ਉਹ ਨੌਰਥ ਵਾਲੇ ਪਾਸੇ ਜਾ ਕੇ ਖੁੱਲ੍ਹਦਾ ਹੈ ਥੋੜ੍ਹਾ ਜਿੰਨਾ ਹਿੱਸਾ ਜਿਹੜਾ ਇਸ ਗੁਫਾ ਦਾ, ਔਰ ਉੱਥੋਂ ਕ੍ਰੋਸ ਵੈਂਟੀਲੇਸ਼ਨ ਹੁੰਦੀ ਹੈ ਜਿਹਦੀ ਵਜ੍ਹਾ ਨਾਲ ਇਹ ਜਗ੍ਹਾ ਬਹੁਤ ਠੰਡੀ ਹੈ। ਥੋੜ੍ਹਾ ਜਿੰਨਾ ਇੱਕ ਇਹ ਸਥਾਨ ਬੈਕ ਸਾਈਡ ਦੇ ਉੱਤੇ ਬਣਿਆ ਹੋਇਆ ਮੇਰੇ, ਔਰ ਇੱਕ ਸਥਾਨ ਜਿਹੜਾ ਉਹ ਅੰਦਰ ਜਾ ਕੇ ਵੇ। ਇਹਦੇ ਅੰਦਰ ਘੱਟੋ ਘੱਟ 20 ਤੋਂ 25 ਲੋਕ ਜਿਹੜੇ ਨੇ ਐਟ ਏ ਟਾਈਮ ਜਿਹੜੇ ਨੇ ਆਰਾਮ ਨਾਲ ਅੰਦਰ ਬੈਠ ਸਕਦੇ ਨੇ ਜਾ ਕੇ, ਔਰ ਇਹ ਬਹੁਤ ਜ਼ਬਰਦਸਤ ਜਗ੍ਹਾ ਹੈ ਔਰ ਬਹੁਤ ਠੰਡੀ ਜਗ੍ਹਾ ਹੈ। ਗਰਮੀ ਦਾ ਸ਼ੁਰੂ ਹੈ ਲੇਕਿਨ ਇਸ ਜਗ੍ਹਾ ਦੇ ਉੱਤੇ ਬਿਲਕੁਲ ਗਰਮੀ ਮਹਿਸੂਸ ਨਹੀਂ ਹੁੰਦੀ। ਹੁਣ ਸਮਝ ਆ ਰਹੀ ਹੈ ਕਿ ਉਹ ਲੋਕ ਪਾਣੀ ਤੋਂ, ਬਿਜਲੀ ਤੋਂ ਬਗੈਰ ਔਰ ਇਹਨਾਂ ਸਾਰੀਆਂ ਸਹੂਲਤਾਂ ਤੋਂ ਬਗੈਰ ਇਸ ਜਗ੍ਹਾ ਦੇ ਉੱਤੇ ਬਿਲਕੁਲ ਵੀਰਾਨ ਬੀਆ ਬਾੜ ਜਗ੍ਹਾ ਦੇ ਉੱਤੇ ਕਿਸ ਤਰੀਕੇ ਨਾਲ ਗੁਜ਼ਾਰਾ ਕਰਦੇ ਸਨ। ਉਹ ਇਹ ਜਗ੍ਹਾ ਇਸ ਲਈ ਸੀ ਕਿ ਕ੍ਰੋਸ ਵੈਂਟੀਲੇਸ਼ਨ ਫੁੱਲ ਫਾਸਟ ਏਅਰ ਬਲੋਇੰਗ ਜਿਹੜੀ ਹੈ ਇਸ ਸੁਰਾਖ ਦੇ ਰਸਤੇ ਜਿਹੜੀ ਹੈ ਇੱਧਰੋਂ ਇੱਧਰ ਕ੍ਰੋਸ ਕਰ ਰਹੀ ਹੈ, ਕਿਉਂਕਿ ਪਾਕਿਸਤਾਨ 'ਚ ਜਿਹੜੀ ਏਅਰ ਬਲੋਇੰਗ ਹੈ ਜ਼ਿਆਦਾਤਰ 90% ਏਅਰ ਬਲੋਇੰਗ ਜਿਹੜੀ ਹੈ ਨੌਰਥ ਟੂ ਵੈਸਟ ਹੁੰਦੀ ਹੈ। ਉਹ ਦੇਖੋ ਅੱਜ ਤੋਂ 1000 ਈਅਰਸ ਅਗੋ ਜਿਹੜੀ ਹੈ ਇਸ ਟੈਕਨੀਕ ਨੂੰ ਯੂਜ਼ ਕਰਦਿਆਂ ਹੋਇਆਂ ਇਹ ਜਿਹੜੀ ਥੱਲੋਂ ਥੱਲੇ ਗੁਫਾ ਬਣਾਈ ਗਈ ਸੀ ਉਹਨੂੰ ਯੂਜ਼ ਕੀਤਾ ਗਿਆ ਗਿਆਨ ਵਾਸਤੇ, ਸੱਤੇ ਵਾਸਤੇ ਔਰ ਨਾਥਪੰਥੀ ਦੀ ਇਬਤਦਾ ਵਾਸਤੇ। ਜੋਗੀ ਜੋਗ ਲੈਣ ਆਉਣ ਅਤੇ ਚਾਹੇ ਕੋਈ ਗੁਰੂ ਕਿਸੇ ਨਾਲ ਗੱਲਬਾਤ ਕਰਨ ਵਾਸਤੇ ਆਵੇ, ਕੋਈ ਬਾਣੀ ਲਿਖਣ ਵਾਸਤੇ ਆਵੇ, ਅਤੇ ਕੋਈ ਆਵੇ ਇੱਥੇ ਸਿਰਫ ਗਿਆਨ ਵਾਸਤੇ, ਔਰ ਕੋਈ ਆਵੇ ਦੁਨੀਆਂ ਤੋਂ ਸਿਰਫ ਦੂਰ ਬੈਠ ਕੇ ਅਤੇ ਆਪਣੇ ਰੱਬ ਨਾਲ ਗੱਲਾਂ ਕਰਨ ਵਾਸਤੇ। ਤਮਾਮ ਲੋਕ ਜਿਹੜੇ ਨੇ ਉਹਨਾਂ ਵਾਸਤੇ ਇਹ, ਜਿਹੜੇ ਨੌਨ ਮੁਸਲਿਮ ਖਾਸ ਕਰਕੇ ਜਿਹੜੇ ਇਸ ਇਲਾਕੇ ਦੀ ਕਮਿਊਨਿਟੀ ਰਹੀ ਹੈ ਉਹਨਾਂ ਦੇ ਲਈ ਇਹ ਜਗ੍ਹਾ ਜਿਹੜੀਆਂ ਨੇ ਉਹ ਬਹੁਤ ਹੀ ਪਵਿੱਤਰ ਸਥਾਨ ਨੇ। ਮੈਂ ਫਿਰ ਕਹਾਂਗਾ ਕਿ ਤੁਸੀਂ ਅਗਰ ਆਓ ਪਾਕਿਸਤਾਨ ਤਾਂ ਤੁਸੀਂ ਇਹਨਾਂ ਸਥਾਨਾਂ ਨੂੰ ਜ਼ਰੂਰ ਦੇਖੋ ਔਰ ਆਪਣੇ ਮਨ ਨੂੰ ਸ਼ਾਂਤੀ ਦਿਓ। ਔਰ ਉਹ ਲੋਕ ਜੋ ਕਹਿੰਦੇ ਨੇ ਕਿ ਪਾਕਿਸਤਾਨ ਦੇ ਅੰਦਰ ਜਿਹੜੇ ਅਸਥਾਨ ਸਨ ਬਿਲਕੁਲ ਟੋਟਲੀ ਖਤਮ ਹੋ ਚੁੱਕੇ ਨੇ, ਮੈਂ ਇਹ ਤੁਹਾਨੂੰ ਦੱਸ ਰਿਹਾ ਕਿ ABCs ਦੀ, ਯਾਨੀ ਕਿ ਬਿਫੋਰ ਦੀ ਕ੍ਰਾਈਸਟ, ਹੈ ਕੇਵਸ ਜਿਹੜੀਆਂ ਨੇ ਅੱਜ ਵੀ ਮੌਜੂਦ ਨੇ ਇੱਥੇ। ਮੈਂ ਅੱਗੇ ਜ਼ਰਾ ਨਹੀਂ ਜਾ ਸਕਦਾ ਇਸ ਵਾਸਤੇ ਕਿ ਮੇਰਾ ਕੈਮਰਾ ਵਰਕ ਨਹੀਂ ਕਰੇਗਾ, ਵਰਨਾ ਮੈਂ ਤੁਹਾਨੂੰ ਐਂਡ 'ਤੇ ਲਿਜਾ ਕੇ ਪਹਾੜ ਤੋਂ ਪਰਲੇ ਪਾਸੇ ਵਾਲਾ ਸ਼ਾਰਟਕੱਟ ਜਿਹੜਾ ਰਸਤਾ ਹੈ ਇੱਥੋਂ ਮੈਂ ਉਹ ਵੀ ਤੁਹਾਨੂੰ ਦਿਖਾ ਸਕਣਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਗੁਫਾ ਟਿੱਲਾ ਬਾਲ ਗੁੰਦਾਈ, ਔਰ ਇੱਥੇ ਬੈਠ ਕੇ ਜਿਹੜੇ ਸਨ ਨਾਥਪੰਥੀ ਜਿਹੜੇ ਸਨ ਉਹ ਇੱਥੇ ਬੈਠ ਕੇ ਗਿਆਨ ਕਰਦੇ ਸਨ। ਜੋ ਲੋਕ ਨਾਥਪੰਥੀ ਨੇ ਮੇਰੀ ਉਹਨਾਂ ਤੋਂ ਰਿਕੁਐਸਟ ਹੈ ਕਿ ਆਪਣੀ ਪਾਕਿਸਤਾਨ ਦੇ ਵਿੱਚ ਆਪਣੇ ਸਭ ਤੋਂ ਪਵਿੱਤਰ ਅਸਥਾਨ ਟਿੱਲਾ ਜੋਗੀਆਂ 'ਤੇ ਆਓ ਔਰ ਆਪਣੀ ਆ ਕੇ ਜਗ੍ਹਾ ਨੂੰ ਦੇਖੋ ਔਰ ਉਹਦੀ ਸੇਵਾ ਸੰਭਾਲ ਕਰੋ। ਤਮਾਮ ਪਾਕਿਸਤਾਨੀ ਸਿੱਖ ਕਮਿਊਨਿਟੀ ਔਰ ਹਿੰਦੂ ਕਮਿਊਨਿਟੀ ਤੋਂ ਮੇਰੀ ਰਿਕੁਐਸਟ ਹੈ ਕਿ ਟਿੱਲਾ ਬਾਲ ਗੰਦਾਈ ਨੂੰ ਬਚਾਓ, ਟਿੱਲਾ ਜੋਗੀਆਂ ਨੂੰ ਬਚਾਓ। ਇਹਦੀਆਂ ਬਣੀਆਂ ਹੋਈਆਂ ਜਿਹੜੀਆਂ 7 ਤੋਂ 9 ਸਰਾਂ ਨੇ, ਪਾਣੀ ਦੇ ਬੰਨ ਨੇ ਜਿੱਥੇ ਕਦੀ ਵਿਸਾਖੀ ਦੇ ਮੇਲੇ ਜੁੜਦੇ ਸਨ, ਸੰਗਤਾਂ ਹੁੰਮ ਹੁਮਾ ਕੇ ਆਉਂਦੀਆਂ ਸਨ, ਉਹਨਾਂ ਜਗ੍ਹਾ ਨੂੰ ਆ ਕੇ ਸੇਵਾ ਸੰਭਾਲ ਕਰੋ ਤਾਂ ਕਿ ਇਹ ਜਗ੍ਹਾ ਨੂੰ ਅਸੀਂ ਨੈਕਸਟ ਜਨਰੇਸ਼ਨਸ ਤੱਕ ਪਹੁੰਚਾ ਸਕੀਏ। ਅਗਰ ਇਹ ਚੀਜ਼ਾਂ ਖਤਮ ਹੋ ਗਈਆਂ ਤਾਂ ਆਉਣ ਵਾਲੀ ਜਨਰੇਸ਼ਨਸ ਨੂੰ ਅਸੀਂ ਕੀ ਜਵਾਬ ਦਾਂਗੇ, ਸਾਡੀ ਸਿਵਿਲਾਈਜੇਸ਼ਨ ਕਿਸ ਤਰ੍ਹਾਂ ਸੀ, ਸਾਡੀ ਸਿਵਿਲਾਈਜੇਸ਼ਨ ਕਿਸ ਤਰ੍ਹਾਂ ਸਟੈਪ ਤੈਅ ਕਰਦੀ 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 ਇਸ ਸੈਂਚਰੀ ਤੱਕ ਪਹੁੰਚੀ ਹੈ। ਗੱਲ ਜਿਹੜੀ ਹੈ ਗੌਰ ਕਰਨ ਦੀ ਹੈ ਔਰ ਉਹੀ ਗੱਲ ਹੈ ਗਿਆਨ ਕਰਨ ਦੀ ਹੈ, ਸੱਤੇ ਦੀ ਹੈ, ਸੱਚ ਦੀ ਤਲਾਸ਼ ਦੀ ਹੈ। ਕੋਈ ਵੀ ਕਰੇ, ਚਾਹੇ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ, ਤਾਂ ਦੇਖਦੇ ਰਹੋ ਤੁਸੀਂ ਫਿਰ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ। ਅਗਰ ਤੁਸੀਂ ਮੇਰੇ ਨਾਲ
ਇਹ ਸਾਰਾ ਕੁਝ ਦੇਖਣਾ ਚਾਹੁੰਦੇ ਹੋ ਆ ਕੇ ਔਰ ਮੇਰੇ ਗਰੁੱਪ ਨੂੰ ਜੁਆਇਨ ਕਰੋ ਔਰ ਮੇਰੇ ਕਲੱਬ ਨੂੰ ਜੁਆਇਨ ਕਰੋ। ਕਲੱਬ ਮੇਰਾ ਹੈ ਪਾਕਿਸਤਾਨ ਹੈਰੀਟੇਜ ਕਲੱਬ ਔਰ ਗਰੁੱਪ ਹੈ ਪਿਆਰਾ ਨਨਕਾਣਾ ਸਾਹਿਬ। ਆਓ ਔਰ ਮੇਰੇ ਨਾਲ ਚੱਲੋ, ਮੇਰੇ ਨਾਲ ਕਦਮ ਵਧਾਓ ਇਹਨਾਂ ਸਥਾਨਾਂ ਨੂੰ ਬਚਾਉਣ ਲਈ, ਇਹਨਾਂ ਸਥਾਨਾਂ ਨੂੰ ਸੇਵ ਕਰਨ ਲਈ ਔਰ ਇਹਨਾਂ ਨੂੰ ਹਾਈਲਾਈਟ ਕਰਨ ਵਾਸਤੇ। ਅਸੀਂ ਹਾਈਲਾਈਟ ਜਿਹੜੀਆਂ ਜਗ੍ਹਾ ਕੀਤੀਆਂ ਜਾਂ ਜਿਹੜੀਆਂ ਜਗ੍ਹਾ ਦੇ ਉੱਤੇ ਅਸੀਂ ਕੰਮ ਕੀਤਾ ਅਤੇ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਸਾਰੀਆਂ ਜਗ੍ਹਾ ਦੇ ਉੱਤੇ ਕੰਮ ਹੋਣਾ ਵੀ ਸ਼ੁਰੂ ਹੋ ਗਿਆ। ਅਤੇ ਇਸ ਵਾਸਤੇ ਮੈਂ ਇਹੀ ਕਹਾਂਗਾ ਕਿ ਸੇਵ ਦਾ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ। ਸਾਰੀਆਂ ਚੀਜ਼ਾਂ ਨੂੰ ਬਚਾਉਣ ਵਾਸਤੇ ਮੇਰੇ ਨਾਲ ਮੋਢੇ ਨਾਲ ਮੋਢਾ ਲਾਓ। ਬਹੁਤ ਜ਼ਿਆਦਾ ਸਾਰੇ ਲੋਕ ਮੇਰੇ ਨਾਲ ਗਿੱਲਾ ਕਰਦੇ ਨੇ, ਬਾਬਾ ਜੀ ਇਹ ਵੀ ਖਰਾਬ ਹੈ, ਬਾਬਾ ਜੀ ਉਹ ਵੀ ਖਰਾਬ ਹੈ। ਮੈਨੂੰ ਦੱਸੋ ਤੁਸੀਂ, ਇੱਕ ਮਿਰਜ਼ਾ ਵੀਰ ਜੀ ਔਰ ਇੱਕ ਮੈਂ ਸ਼ਾਹਿਦ ਸ਼ਬੀਰ, ਅਸੀਂ ਕਿੰਨੇ ਕੁ ਸਥਾਨਾਂ ਦੀ ਜਾ ਕੇ ਸੇਵਾ ਕਰੀਏ ਕਿ ਅਸੀਂ ਤਾਂ ਇੱਕ ਇੱਟ ਥੱਲੋਂ ਅਗਰ ਕਹੋ ਉਹ ਇੱਥੇ ਤੱਕ ਚੁੱਕ ਕੇ ਲੈ ਕੇ ਨਹੀਂ ਆ ਸਕਦੇ, ਕਿਉਂਕਿ ਇੱਥੇ ਆਪਣਾ ਆਪ ਦਾ ਭਾਰ ਚੁੱਕ ਕੇ ਲੈ ਆਉਣਾ ਸਭ ਤੋਂ ਵੱਡੀ ਗੱਲ ਹੈ ਇਸ ਜਗ੍ਹਾ ਦੇ ਉੱਤੇ। ਇਸੇ ਲਈ ਜਿੰਨੇ ਵੀ ਲੁੱਟ ਮਾਰ ਕਰਨ ਵਾਸਤੇ ਆਏ ਉਹਨਾਂ ਦੇ ਹੱਥ ਦੇ ਵਿੱਚ ਕੁਛ ਨਹੀਂ ਸੀ ਲੱਗਾ, ਨਾ ਤਾਰੀਖ ਦੇ ਵਿੱਚ ਅਤੇ ਨਾ ਹੁਣ ਹੀ ਕੁਛ ਮਿਲਿਆ। ਇਸ ਵਾਸਤੇ ਕਿਉਂਕਿ ਯੋਗੀ ਜਿਹੜੇ ਸਨ ਵਿਚਾਰੇ ਬਗੈਰ ਕੱਪੜਿਆਂ ਤੋਂ ਤਨ, ਇੱਕ ਤਨ ਦਾ ਟੁਕੜਾ ਜਿਹੜਾ ਸੀ ਕੱਪੜਾ ਸੀ ਉਹਦੇ ਨਾਲ ਤਨ ਨੂੰ ਲਪੇਟਿਆ ਹੁੰਦਾ ਸੀ, ਅਤੇ ਨਾ ਹੀ ਉਹਨਾਂ ਨੂੰ ਗਰਮੀ ਦੀ ਪਰਵਾਹ ਸੀ ਅਤੇ ਨਾ ਹੀ ਉਹਨਾਂ ਨੂੰ ਸਰਦੀ ਦੀ ਪਰਵਾਹ ਸੀ। ਉਹ ਦੁਨੀਆਦਾਰੀ ਤੋਂ ਬਿਲਕੁਲ ਹਟ ਕੇ ਲੋਕ ਸਨ, ਅਤੇ ਉਹ ਲੋਕ ਤਾਂ ਇੱਥੇ ਰਹਿ ਸਕਦੇ ਸਨ ਲੇਕਿਨ ਸਾਡੇ ਵਰਗੇ ਨਿਕੰਮੇ ਬੰਦੇ ਜਿਹੜੇ ਨੇ ਇੱਕ ਕਿਲੋ ਸੀਮੈਂਟ ਔਰ ਇੱਕ ਇੱਟ ਲੈ ਕੇ ਆਉਣਾ ਉਹਨਾਂ ਵਾਸਤੇ ਬਹੁਤ ਵੱਡਾ ਵਬਾਲ ਹੈ ਇਸ ਜਗ੍ਹਾ ਦੇ ਉੱਤੇ, ਕਿਉਂਕਿ ਇਹ ਥੱਲੇ ਜਿਹੜਾ ਗਰਾਊਂਡ ਲੈਵਲ ਹੈ ਇਸ ਤੋਂ 25 ਕਿਲੋਮੀਟਰ ਦਾ ਡਿਸਟੈਂਸ ਅਸੀਂ ਇੱਥੇ ਤੈਅ ਕਰਕੇ ਆਏ ਹਾਂ, ਜਿਹੜਾ ਕਿ ਅਗਰ ਸੁਬਹਾ ਨਿਕਲੋ ਤਾਂ ਤੁਸੀਂ ਪਿਛਲੇ ਟਾਈਮ ਹੀ ਸ਼ਾਮ ਨੂੰ ਹੀ ਜਾ ਕੇ ਉੱਤੇ ਚੜ੍ਹ ਪਾਉਂਦੇ ਹੋ। ਤਾਂ ਫਿਰ ਮੇਰੇ ਨਾਲ ਆਓ ਔਰ ਐਕਸਪਲੋਰ ਕਰੋ ਪਾਕਿਸਤਾਨ ਹੈਰੀਟੇਜ ਕਲੱਬ ਦੇ ਨਾਲ ਔਰ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਨਾਲ, ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਪਵਿੱਤਰ ਸਥਾਨ ਦੇ ਨਾਲ। ਤੁਸੀਂ ਅੱਜ ਜਿਹੜੀ ਵੀਡੀਓਜ਼ ਦੇਖ ਰਹੇ ਹੋ ਸਾਰੀ ਇਹ ਅਸੀਂ ਹਾਈਲਾਈਟ ਕਰ ਰਹੇ ਹਾਂ ਟਿੱਲਾ ਬਾਲ ਗੁੰਦਾਈ। ਟਿੱਲਾ ਬਾਲ ਗੁੰਦਾਈ ਦੇ ਮੁਤਲਕ ਫਿਰ ਇੱਕ ਵਾਰੀ ਮੈਂ ਛੋਟਾ ਜਿਹਾ ਗੱਲ ਜਿਹੜੀ ਉਹ ਰਿਪੀਟ ਕਰਦਾ ਚੱਲਾਂਗਾ ਕਿ ਇਹ ਉਹ ਜਗ੍ਹਾ ਹੈ ਜਿੱਥੇ ਪਹਿਲੀ ਪਾਤਸ਼ਾਹੀ ਯਾਨੀ ਕਿ ਬਾਬਾ ਗੁਰੂ ਨਾਨਕ ਸਾਹਿਬ ਦੇ ਜਿਹੜੇ ਉਸ ਵਕਤ ਦੇ ਗੱਦੀ ਦੇ ਅਸਥਾਨ ਦੇ ਉੱਤੇ ਮੌਜੂਦ ਸਨ ਸਿੱਧਨਾਥ ਬਾਲਕ, ਉਹਨਾਂ ਦੇ ਨਾਲ ਇੱਥੇ ਡਾਇਲੌਗਸ ਵੀ ਹੋਏ ਸਨ ਔਰ ਉਸ ਤੋਂ ਬਾਅਦ ਉਹਨਾਂ ਨੇ ਬਾਣੀ ਦੇ ਕੁਛ ਸ਼ਬਦ ਵੀ ਇੱਥੇ ਬੈਠ ਕੇ ਲਿਖੇ ਸਨ। ਇਸ ਵਾਸਤੇ ਸਿੱਖ ਪੰਥ ਵਾਸਤੇ ਇਹ ਜਗ੍ਹਾ ਐਵੇਂ ਹੈ ਜਿਵੇਂ ਸਾਡੇ ਵਾਸਤੇ ਮੱਕਾ। ਤਾਂ ਦੇਖਦੇ ਰਹੋ ਸਿਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ।